मोगा की अनाज मंडी में व्यापारी वर्ग की ओर से नगर निगम कमिश्नर के खिलाफ दिया जा रहा है धरना। कुछ समय पहले नगर निगम की ओर से अनाज मंडी में नाजायज तौर पर बनी दुकानें और रेहड़ी वालों को हटाया गया था और इसके बाद कुछ लोगों द्वारा शेड डाले गए थे। कल रात नगर निगम के कुछ व्यक्तियों द्वारा एक शेड को अनलीगल तौर पर उखाड़ा गया, जिसके विरोध में आज अनाज मंडी वालों के सभी व्यापारियों द्वारा मंडी में गेट बंद कर धरना लगाया गया। वहीं जानकारी देते हुए व्यापारियों ने कहा कि नगर निगम की ओर से इलीगल तौर पर हमारा एक शेड उखाड़ा गया है, जो कि रात को चोरी छिपे आए और शेड गिराकर चले गए, जबकि हमारे पास हमारी जगह में शेड बनाने की परमिशन है। नगर निगम कमिश्नर के खिलाफ आज हमने मोगा के अनाज मंडी को बंद कर दिया है और जब तक कोई कार्रवाई नहीं होती तब तक मंडी नहीं खुल जाएगी। वहीं इस मौके पर पहुंचे DSP सिटी परिंदर सिंह भुल्लर ने कहा कि आज हम मोगा की सब्जी मंडी में पहुंचे हैं। यहां पर व्यापारियों और नगर निगम में कुछ प्रॉब्लम चल रही है, जिसके चलते आज अनाज मंडी को बंद कर दिया गया है। हम लो एंड ऑर्डर के तहत निगरानी कर रहे हैं ताकि कोई घटना ना घटे। अच्छा, तो राम गोपाल जी अभी जो धरना लगा गया क्या कारण? हाँ, यही है जी, जरा कि अभी नजायज ये तो सारी मंडी तो शेड इनक्रोचमेंट कहते हैं जिन्होंने कानूनी लड़ाई जीते हुए हैं, तो साढ़ा कल्याण का शेड क्यों ढाया गया बिना दसे तो। की कानूनी लड़ाई जीते है जी, की गल हुई है? की कानूनी लड़ाई जीते हुए हैं? साढ़े फेवर च आए गए जी, साढ़ा केस कोई भी इनक्रोचमेंट नहीं है तो शेड पा सकते जी। एक कदों थोड़े हक च केस होया जी? 2018 जो इन्होंने ढाई है जी, उस बाद साढ़े हक च ਹੁਣ ਜਦੋਂ ਸ਼ੈੱਡ ਢਾਈ ਗਈ ਹੈ ਉਦੋਂ ਕੋਈ ਤੁਹਾਨੂੰ ਨੋਟਿਸ ਦਿੱਤਾ ਗਿਆ ਜਾਂ ਕੁਝ? ਨੋਟਿਸ ਨਹੀਂ, ਚੋਰੀ ਤਰ੍ਹਾਂ ਜੀ, ਤਿੰਨ ਜਣੇ ਆਏ ਆ ਚੋਰੀ ਤਰ੍ਹਾਂ ਅਣਪਛਾਤੇ, ਬੰਦ ਸੀਗਾ ਜੀ, ਕੋਈ ਇੱਥੇ ਬੰਦਾ ਨਹੀਂ ਸਾਡਾ, ਕੋਈ ਸਾਨੂੰ ਫੋਨ ਨਹੀਂ ਆਇਆ ਸਰਕਾਰੀ ਛੁੱਟੀ ਵਾਲੇ ਦਿਨ। ਤੋ ਅਭੀ ਜੈਸੇ ਆਪਨੇ ਧਰਨਾ ਲਗਾਇਆ, ਪ੍ਰਸ਼ਾਸਨ ਕੀ ਤਰਫ ਸੇ ਆਪਕੋ ਕਿਸੇ ਨੇ ਅਪਰੋਚ ਕੀਆ? ਨਹੀਂ ਅਭੀ ਤੱਕ ਨਹੀਂ ਆਇਆ, ਕੋਈ ਨਹੀਂ ਆਇਆ। ਕੰਸਪਲੇਸ਼ਨ ਆਇਆ ਅਭੀ ਆਪ ਕੀ ਮੰਗ ਲੇਕਰ ਧਰਨੇ ਪਰ ਬੈਠੇ? ਅਸੀਂ ਕਹਿੰਦੇ ਜੀ ਸਾਡੇ ਸ਼ੈੱਡ ਨੂੰ ਜਿਹੜੇ ਇਨਕਰੋਚਮੈਂਟ ਕਹਿੰਦੇ ਆ ਸਹੀ ਸਹੀ ਹੈਗੇ ਆ ਤੇ ਉਹ ਸਹੀ ਰਹਿਣ ਦੇਣੇ ਚਾਹੀਦੇ। ਸਾਡੇ ਮਾਲਕੀ ਆ ਜੀ, ਅਸੀਂ ਮਾਲਕਾਂ ਸ਼ੈੱਡ ਦੇ 2017 ਚ ਸਾਨੂੰ ਕਮਿਸ਼ਨਰ ਨੇ ਲਿਖ ਕੇ ਦਿੱਤਾ ਵੀ ਇਹ ਜਗ੍ਹਾ ਤੁਹਾਡੀ ਹੈ। ਇਹ ਅਸੀਂ ਹੁਣ ਇਹਨੂੰ ਮੁੱਦੇ ਨੂੰ ਖਤਮ ਕਰਨਾ ਵੀ ਇਹ ਲਿਖ ਕੇ ਦੇਣ, ਜਿਹੜਾ ਵੀ ਚੀਜ਼ ਹੈ ਸਾਡੇ ਹੱਕ 'ਚ ਲਿਖ ਕੇ ਹੈਗਾ, ਕਮਿਸ਼ਨਰ ਦੇ ਲਿਖਣ ਨੂੰ ਨਹੀਂ ਮੰਨਦੇ। 2 ਸਾਲ ਬਾਅਦ ਆ ਜਾਂਦੇ ਆ ਜੀ। ਬਸ ਮੰਡੀ 'ਚ ਨਾ ਸੰਡੇ ਨੂੰ ਕੋਈ ਸ਼ੈੱਡ ਸੀਗਾ, ਕਾਰਪੋਰੇਸ਼ਨ ਵਾਲੇ ਨੂੰ ਤੋੜ ਕੇ ਗਏ ਆ ਇਲੀਗਲ ਕਰਕੇ, ਇਨਕਰੋਚਮੈਂਟ ਸੀਗੀ ਉਹਦੇ ਸੰਬੰਧ 'ਚ ਇਕੱਠੇ ਹੋਏ ਆ। ਇਹਨਾਂ ਨੇ ਮੰਡੀ ਦੇ ਗੇਟ ਬੰਦ ਕੀਤੇ ਆ, ਦੁਕਾਨਾਂ ਬੰਦ ਕੀਤੀਆਂ ਇਹਨਾਂ ਨੇ। ਸਰ ਹੁਣ ਤੁਸੀਂ ਆਏ ਹੋ, ਤੁਸੀਂ ਦੁਕਾਨਾਂ ਖੋਲਣ ਬਾਰੇ ਇਹਨਾਂ ਨਾਲ ਗੱਲ ਕੀਤੀ ਹੈ ਵੀ ਦੁਕਾਨਾਂ ਖੋਲੋ ਤੇ ਕੀ ਕਹਿ ਰਹੇ? ਮੈਨੂੰ ਇਹਨਾਂ ਨੇ ਕਮਿਸ਼ਨਰ ਕਾਰਪੋਰੇਸ਼ਨ ਦੇ June 2018 ਦੇ ਕੁਆਰਟਰ ਦਿੱਤੇ ਆ, ਜਿਹਦੇ ਹਿਸਾਬ ਨਾਲ ਜਿੱਥੇ ਤੱਕ ਨਾਲੀ ਹੈਗੀ ਉੱਥੋਂ ਤੱਕ ਇਹਨਾਂ ਦੀ ਜਗ੍ਹਾ ਹੈਗੀ ਆ, ਉੱਥੇ ਸ਼ੈੱਡ ਵੀ ਪਾ ਸਕਦੇ, ਸਾਰਾ ਕੁਛ ਕਰ ਸਕਦੇ। ਪਰ ਇਹਨੂੰ ਅਥਾਰਟੀ ਨੂੰ, ਕਾਰਪੋਰੇਸ਼ਨ ਨੂੰ ਪਤਾ ਹੋਊਗਾ ਵੀ ਕਿਹੜੀ ਜਗ੍ਹਾ ਲੀਗਲ ਹੈ, ਕਿਹੜੀ ਇਨਕਰੋਚਮੈਂਟ ਹੈ। ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਵੀ ਕਿਹੜੀ ਜਗ੍ਹਾ ਇਲੀਗਲ ਹੈ। ਜੇ ਉਹਨਾਂ ਨੇ ਬਤੌਰ ਇਹਨਾਂ ਨੂੰ ਪ੍ਰੋਪਰ ਨੋਟਿਸ ਦਿੱਤੇ ਹੋਣਗੇ ਜੇ ਕੋਈ ਇਲੀਗਲ ਇਨਕਰੋਚਮੈਂਟ ਹੈ ਤਾਂ ਹੀ ਉਹਨਾਂ ਨੇ ਢਾਇਆ ਹੋਊਗਾ। ਸਰ ਅਭੀ ਜੋ ਫਿਲਹਾਲ ਧਰਨਾ ਚੱਲ ਰਿਹਾ ਉਸਕੋ ਸਮਾਪਤ ਕਰਨੇ ਕੀ ਕਿਆ ਕਰੇਗੀ? ਧਰਨਾ ਕਹਿੰਦੇ ਵੀ ਅਸੀਂ ਦਿਆਂਗੇ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਨੀ ਦੇਰ ਸਾਡੀਆਂ ਦੁਕਾਨਾਂ ਵੀ ਬੰਦ ਨੇ, ਅਤੇ ਰੋਜ਼ ਇਹ ਡੇਲੀ 1 ਵਜੇ ਤੱਕ ਧਰਨਾ ਦਿਆਂਗੇ। ਸਰ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ? ਅਸੀਂ ਤਾਂ ਆਪਦਾ ਲਾਅ ਐਂਡ ਆਰਡਰ ਦੇਖਣਾ ਕਿ ਉਹ ਠੀਕ ਰਹੇ। ਉਹ ਠੀਕ ਹੈ ਨਾ? ब्रेकिंग न्यूज के लिए न्यूज ऑनलाइन के बेल आइकन को दबाएं।